ਮੈਂ ਅਮਰਜੋਤ ਬੋਲਿਆ, ਤੁਹਾਡਾ ਨਾਮ ਕੀ? ਨਾਮ ਪੁੱਛੋ ਬੋਲਾ। ਪੰਕਜ ਕੁਮਾਰ। ਕੀ ਨਾਮ ਜੀ? ਪੰਕਜ। ਪੰਕਜ, ਪੰਕਜ ਕੁਮਾਰ। ਹਾਂਜੀ। ਅੱਛਾ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸ਼ੋਗਰ ਕਿੱਥੇ ਹੋ ਤੁਹਾਡੇ? ਸੰਗਰੂਰ ਉਰਲੇ ਕੋਲ, ਪੰਜਾਬ ਜੀ। ਅੱਛਾ, ਪਿੱਛੇ ਆਵਾਜ਼ ਆ ਰਹੀ ਹੈ, ਕੋਈ ਕੋਈ ਭਾਂਡੇ ਸਾਫ਼ ਕਰ ਰਿਹਾ ਕੋਈ ਕਿਤੇ, ਕੋਈ ਰੈਸਟੋਰੈਂਟ 'ਤੇ ਬੈਠੇ ਹੋ? ਨਹੀਂ ਨਹੀਂ ਕੋਈ ਭਾਂਡੇ ਸਾਫ਼ ਕਰ ਰਿਹਾ ਮਦਰ ਜੀ। ਅੱਛਾ, ਤਾਂ ਮੈਂ ਕਿਹਾ ਕੋਈ ਰੈਸਟੋਰੈਂਟ ਵਾਲਾ 'ਤੇ ਬੈਠੇ ਹੋ ਸ਼ਾਇਦ। ਨਹੀਂ ਨਹੀਂ, ਦੱਸੋ ਕੀ ਪ੍ਰੋਬਲਮ ਹੈ, ਕੀ ਸਵਾਲ ਆਪਣਾ, 2 ਮਿੰਟ ਦੱਸੋ, ਕੀ ਸਮਰਾਈਜ਼ ਕਰੋ। ਸਿਸਟਰ ਦੀ ਕਨਵੋਕੇਸ਼ਨ ਹੈ ਨਵੰਬਰ ਜੀ। ਸਿਸਟਰ ਦੀ ਕਨਵੋਕੇਸ਼ਨ ਹੈ ਨਵੰਬਰ? ਹਾਂਜੀ, ਫਾਦਰ ਔਰ ਮਦਰ ਕੋਲ ਵੀਜ਼ਾ ਹੈਗਾ। ਫਾਦਰ ਲਾਸਟ ਈਅਰ ਵਿਜ਼ਿਟ ਕੀਤਾ ਤੇ 1 ਮਹੀਨਾ ਲਾ ਕੇ ਆਏ ਸੀਗੇ ਜੀ, ਔਰ ਮੈਂ ਮਦਰ ਨਾਲ ਜਾਣਾ ਚਾਹੁੰਦਾ। ਹੌਲੀ ਹੌਲੀ ਚੱਲਦੇ ਹਾਂ, ਹੌਲੀ ਹੌਲੀ ਚੱਲਦੇ ਹਾਂ। ਸਿਸਟਰ ਦੀ ਕਨਵੋਕੇਸ਼ਨ ਹੈ ਨਵੰਬਰ ਦੀ ਹੈ, ਕਿਹੜੇ ਕਾਲਜ ਦੀ ਹੈ? MIT ਕਾਲਜ ਵਿਨੀਪੈਗ। ਓਕੇ, ਤੁਸੀਂ ਕਿਹਾ ਸੀ ਕਿ ਤੁਹਾਡੇ ਕੌਣ ਜਾ ਚੁੱਕਿਆ ਹੈ, ਕੈਨੇਡਾ ਜਾ ਕੇ ਆ ਚੁੱਕੇ, ਕੌਣ ਹੈ ਜਿਹੜੇ ਲੋਕ ਉਹ ਆ ਚੁੱਕੇ? ਫਾਦਰ ਸਾਹਿਬ ਜੀ। ਤੁਹਾਡੇ ਫਾਦਰ? ਹਾਂਜੀ। ਤੇ ਮਦਰ? ਮਦਰ ਨਹੀਂ ਗਏ ਸੀਗੇ। ਅੱਛਾ, ਮਦਰ ਨਹੀਂ ਗਏ ਹੈ। ਮਦਰ ਕੋਲ ਵੀਜ਼ਾ ਨਹੀਂ? ਵੀਜ਼ਾ ਹੈਗਾ ਉਹਨਾਂ ਕੋਲ, ਪਰ ਗਏ ਨਹੀਂ ਸੀਗੇ। ਉਹ ਕਿਹਨੇ ਗਏ? ਉਦੋਂ ਇੱਕ ਛੋਟੀ ਸਿਸਟਰ ਉਹਨਾਂ ਦੀ ਕੇਅਰ ਕਰਨੀ ਸੀਗੀ, ਮੈਡੀਕਲ ਪ੍ਰੋਬਲਮ ਕਰਕੇ। ਹਾਂਜੀ। ਅੱਛਾ, ਉਹਨਾਂ ਦਾ ਵੀਜ਼ਾ ਵੈਲਿਡ ਹੈ? ਹਾਂਜੀ, ਵੈਲਿਡ ਹੈ। ਅੱਛਾ ਅੱਛਾ, ਤੇ ਫਿਰ ਦੱਸੋ ਸਮੱਸਿਆ ਕੀ ਹੈ? ਫਿਰ ਸਮੱਸਿਆ ਇੱਦਾਂ ਕਿ ਮੈਂ ਨਾਲ ਅਪਲਾਈ ਕਰਨਾ ਸੀ ਨਵੰਬਰ 'ਚ, ਮਦਰ ਨੇ ਵੀ ਜਾਣਾ ਸੀ ਹੁਣੇ। ਅੱਛਾ, ਤੁਸੀਂ ਵੀ ਨਾਲ ਜਾਣਾ ਉਹਨਾਂ ਦੇ? ਅੱਛਾ ਅੱਛਾ, ਹਾਂਜੀ। ਕਿਉਂ? ਬਸ ਇੱਕ ਵਿਜ਼ਿਟ ਕਰ ਲਈ, ਮੈਂ MCA ਕਰ ਰਿਹਾ ਪੰਜਾਬ ਯੂਨੀਵਰਸਿਟੀ 'ਚ। ਨਹੀਂ, ਮਤਲਬ ਮੇਰਾ ਥੋੜ੍ਹਾ ਜਿਹਾ ਪਰਪਸ ਥੋੜ੍ਹਾ ਜਿਹਾ ਕਲੀਅਰ ਕਰੋ ਕਿ ਤੁਹਾਡਾ ਕੀ ਮਕਸਦ ਹੈ ਜਾਣ ਦਾ ਉਹਨਾਂ ਦੇ ਨਾਲ ਬਈ? ਮਦਰ ਇਕੱਲੇ ਟਰੈਵਲ ਨਹੀਂ ਕਰ ਸਕਦੀ। ਤੇ ਫਾਦਰ ਜਾ ਰਹੇ ਨਾਲ? ਫਾਦਰ ਨੂੰ ਭੇਜੋ। ਨਹੀਂ, ਫਾਦਰ ਤੇ ਛੋਟੀ ਸਿਸਟਰ ਤੇ ਬਿਜ਼ਨਸ ਦਾ ਦੇਖਣਾ ਹੀ। ਛੋਟੀ ਸਿਸਟਰ 10th ਦੇ ਸਟੱਡੀ ਕਰ ਰਹੇ ਨੇ। ਤੁਸੀਂ ਜੌਬ ਕੀ ਕਰਦੇ ਹੋ ਉੱਥੇ? ਨਹੀਂ ਨਹੀਂ, ਮੈਂ MCA ਕਰ ਰਹਾ ਹਾਂ ਯੂਨੀਵਰਸਿਟੀ 'ਚ। ਅੱਛਾ, ਤੁਸੀਂ ਆਪ ਸਟੂਡੈਂਟ ਹੋ ਇੱਥੇ? ਹਾਂਜੀ ਹਾਂਜੀ, MCA ਕਰ ਰਹਾ ਹਾਂ ਪੰਜਾਬੀ ਯੂਨੀਵਰਸਿਟੀ 'ਚ, ਸੈਕਿੰਡ ਈਅਰ 'ਚ। ਅੱਛਾ ਅੱਛਾ, ਤੇ ਪਹਿਲਾਂ ਵੀਜ਼ਾ ਲੱਗਿਆ ਹੈ ਪਹਿਲਾਂ ਆਪਣਾ? ਨਹੀਂ ਨਹੀਂ ਨਹੀਂ, ਰਿਫਿਊਜ਼ ਨਹੀਂ ਹੋਇਆ। ਨਹੀਂ, ਕੁਛ ਤਾਂ ਰਿਫਿਊਜ਼ ਨਹੀਂ ਹੋਇਆ ਜੀ, ਅਪਲਾਈ ਨਹੀਂ ਕੀਤਾ ਪਹਿਲਾਂ ਹੀ। ਕਿਸੇ ਹੋਰ ਕੰਟਰੀ ਦਾ? ਨਹੀਂ ਨਹੀਂ। ਅੱਛਾ ਅੱਛਾ ਅੱਛਾ, ਸਰ ਜੀ, ਇਸ ਤਰ੍ਹਾਂ ਹੈ ਕਿ ਵੀਜ਼ਾ ਆਫਿਸਰ ਤੁਹਾਡੀ ਐਪਲੀਕੇਸ਼ਨ ਨੂੰ ਦੇਖੇਗਾ ਕਿ ਤੁਸੀਂ ਆਪਣੇ ਪੇਰੈਂਟ ਦਾ ਵੀਜ਼ਾ ਦਾ ਫਾਇਦਾ ਚੱਕ ਕੇ ਤੁਸੀਂ ਆਪਣਾ ਵੀਜ਼ਾ ਤੁਸੀਂ ਲਗਵਾ ਰਹੇ ਹੋ। ਪਤਾ ਨਹੀਂ, ਸ਼ਾਇਦ ਮੁੜ ਕੇ ਤੁਸੀਂ ਵਾਪਸ ਨਹੀਂ ਆਓਗੇ, ਫਿਰ ਕੀ ਹੋਏਗਾ? ਹਾਂਜੀ, ਤੁਹਾਡਾ ਕੀ ਖਿਆਲ ਹੈ, ਆਓਗੇ ਵਾਪਸ, ਕੀ ਇਰਾਦਾ ਕੀ ਹੈ? ਨਹੀਂ ਆਉਣਾ, ਮੈਨੂੰ ਫੀਸ ਬਹੁਤ ਭਰੀ ਹੈ MCA ਦੀ। ਅੱਛਾ, ਮੇਰੇ ਦੋ ਸਮੈਸਟਰ ਹੈ ਸਰ, ਪਲੇਸਮੈਂਟ ਇਨ ਫੋਰਸਿਸ ਕੰਪਨੀ ਜੀ। ਠੀਕ ਹੈ, ਚਲੋ ਕੋਈ ਗੱਲ ਨਹੀਂ, ਕਰ ਲਓ, ਜਸਟੀਫਾਈ ਕਰ ਲਓ, ਕਵਰ ਲੈਟਰ ਲਿਖ ਕੇ ਨਾ ਵੀਜ਼ਾ ਆਫਸਰ ਨੂੰ ਜਸਟੀਫਾਈ ਕਰ ਦਿਓ ਕਿ ਤੁਸੀਂ ਆਓਗੇ, ਨਹੀਂ ਤਾਂ ਤੁਹਾਡੀ ਖਰਾਬ ਹੋ ਜਾਏਗੀ। ਅਤੇ ਫਿਊਚਰ ਅਗਰ ਜੇ ਤੁਸੀਂ ਅਗਰ ਜਾਣਾ ਵੀ ਹੈ, ਫਿਊਚਰ ਅਗਰ ਜੇ ਅਗਰ ਅਪਲਾਈ ਕਰਨੀ ਹੈ, ਉਹ ਫਿਊਚਰ ਵਾਪਸ ਆ ਕੇ ਆਪਣਾ MCA ਕਰਕੇ ਵਰਕ ਐਕਸਪੀਰੀਅੰਸ ਲੈ ਕੇ ਫਿਰ PR ਲਈ ਕਰੋਗੇ। ਇਸ ਵਕਤ ਇੱਕ ਮਹੀਨੇ ਕਿੰਨੇ ਚਿਰ ਲਈ ਜਾ ਰਹੇ ਹੋ? ਮਹੀਨਾ ਨਹੀਂ, ਹਫ਼ਤਾ ਜੀ। ਜਸਟ 1 ਵੀਕ? ਸਰ ਜੀ, 1 ਵੀਕ ਲਈ ਇੰਨਾ ਖਰਚਾ ਕਰਕੇ ਜਾਣਾ ਮੇਰੇ ਖਿਆਲ ਪ੍ਰੈਕਟੀਕਲ ਵੀ ਨਹੀਂ ਹੈ। ਕਰ ਲੋ, ਚਲੋ ਕੋਈ ਗੱਲ ਨੀ, ਐਕਸਪਲੇਨ ਕਰ ਦੋ ਵੀਜ਼ਾ ਅਫਸਰ ਨੂੰ। ਆਈ ਐਮ ਸ਼ੋਰ ਯੂ ਵਿਲ ਗੈਟ ਸਮ ਕ੍ਰੈਡਿਟ, ਜਿੱਦਾਂ ਐਕਸਪਲੇਨ ਕਰੋਗੇ ਵਧੀਆ ਤਰੀਕੇ ਨਾਲ, ਉਹਨਾਂ ਨੂੰ ਗੱਲ ਸਮਝ ਆ ਕਲਿੱਕ ਹੋ ਜਾਏਗੀ ਕਿ ਹਾਂ ਬਈ ਇਹ ਮੁੜ ਬੰਦਾ ਮੁੜ ਕੇ ਆਏਗਾ ਵਾਪਸ। ਮੇਰੇ ਲਈ ਇੰਪੋਰਟੈਂਟ ਸਿਰਫ ਇੰਨਾ ਹੀ ਹੈ ਕਿ ਫਾਦਰ ਨਹੀਂ ਜਾ ਰਹੇ, ਮੈਂ ਆਪਣੀ ਸਿਸਟਰ ਨੂੰ ਮਿਲਣਾ ਹੈ। ਹਾਂਜੀ, ਸਿਸਟਰ ਦੀ ਕਨਵੋਕੇਸ਼ਨ ਅਟੈਂਡ ਕਰਨਾ ਮੇਰੇ ਕੋਲ ਇੱਕ ਸੁਨਹਿਰਾ ਮੌਕਾ ਹੈ, ਅਤੇ ਬਾਅਦ ਪਤਾ ਨਹੀਂ ਮੌਕਾ ਆਏਗਾ ਨਹੀਂ ਆਏਗਾ। ਅਤੇ ਮੈਂ ਸਟੂਡੈਂਟ ਹਾਂ ਇਸ ਵੇਲੇ, ਮੇਰੇ ਕੋਲ ਪੈਸਾ ਹੈ ਜਾਣ ਆਉਣ ਲਈ, ਅਤੇ ਮੁੜ ਕੇ ਆ ਕੇ ਮੈਂ ਆਪਣੀ ਪੜ੍ਹਾਈ ਕੰਪਲੀਟ ਕਰਨੀ ਹੈ, ਬਸ ਇੰਨਾ ਹੀ ਰੀਜ਼ਨ ਬਹੁਤ ਹੈ। ਮਦਰ ਨੂੰ ਇਕੱਲੇ ਜਾਣਾ ਨਹੀਂ ਜਾਣਾ ਉਹ ਇੱਕ ਸਟਰੋਂਗ ਰੀਜ਼ਨ ਨਹੀਂ ਬਣਦਾ, ਕਿਉਂਕਿ ਇਕੱਲੇ ਬਹੁਤ ਬਜ਼ੁਰਗ ਜਾਂਦੇ ਹੈ ਆਪਣੇ ਆਪ। ਸੋ ਇੱਕ ਸਾਡਾ ਕੋਈ 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 ਫੈਮਿਲੀ ਮੈਂਬਰ ਆਪਣੇ ਮਦਰ ਨਾਲ ਟਰੈਵਲ ਕਰਨ ਲਈ
ਜਾ ਰਿਹਾ ਇਟ ਡਸ ਨਾਟ ਮੇਕ ਸੈਂਸ ਓਕੇ ਜੋ ਚੀਜ਼ ਹੈ ਸਾਨੂੰ ਸੱਚਾਈ ਨਾਲ ਸਾਫ਼ ਦੱਸਣੀ ਚਾਹੀਦੀ ਵੀਜ਼ਾ ਅਫਸਰ ਨੂੰ ਅਦਰਵਾਈਜ਼ ਉਹ ਝੂਠ ਫਿਰ ਉਹਨਾਂ ਨੂੰ ਸਮੈਲ ਆਉਣ ਦੀ ਝੂਠ ਮੇਰੇ ਫਾਦਰ ਜਾ ਨਹੀਂ ਰਹੇ ਫਾਦਰ ਨੇ ਬਿਜ਼ਨਸ ਦੇਖਣਾ ਜੋ ਵੀ ਕੋਈ ਰੀਜ਼ਨ ਹੈ ਤੇ ਮੈਂ ਮਦਰ ਨਾਲ ਜਾ ਰਿਹਾ ਮਦਰ ਨੂੰ ਲੋਡ ਨਹੀਂ ਹੈ ਕਿ ਵੀ ਇਕੱਲੀ ਟਰੈਵਲਿੰਗ ਕਰ ਸਕਦੀ ਲੇਕਿਨ ਮੈਂ ਆਪਣੇ ਚਾਓ ਨਾਲ ਮਦਰ ਨਾਲ ਜਾ ਰਿਹਾ ਠੀਕ ਹੈ ਜੀ ਤੀਸਰਾ ਕਿ ਸਾਡੇ ਕੋਲ ਫੰਡਸ ਹੈ ਖਰਚੇ ਲਈ ਪੈਸੇ ਫੰਡਸ ਸ਼ੋ ਕਰੋਗੇ ਸਾਰੇ ਤੇ ਚੌਥਾ ਹੈ ਕਿ ਮੈਂ ਆਪਣੀ ਪੜ੍ਹਾਈ ਵਾਪਸ ਕੰਟੀਨਿਊ ਕਰਨੀ ਹੈ ਡਿਗਰੀ ਲੈਣੀ ਹੈ ਕਿਉਂਕਿ ਅਗਰ ਜੇ ਡਿਗਰੀ ਨਹੀਂ ਕੰਪਲੀਟ ਕਰਦਾ ਤਾਂ ਮੇਰਾ ਨੁਕਸਾਨ ਹੋ ਜਾਏਗਾ ਪਹਿਲਾਂ ਵੀ ਫੀਸ ਵੀ ਚਲੀ ਜਾਏਗੀ ਇੱਕ ਸਾਲ ਨੁਕਸਾਨ ਮਿਲ ਜਾਏਗਾ ਸੋ ਇਸ ਕਰਕੇ ਇਹ ਕਾਰਨ ਕਰਕੇ ਮੈਨੂੰ ਵਾਪਸ ਆਉਣਾ ਹੀ ਪਏਗਾ ਇਨ ਫਿਊਚਰ ਅਗਰ ਜੇ ਮੈਨੂੰ ਕੈਨੇਡਾ ਪਸੰਦ ਆਇਆ ਜਾ ਤਾਂ ਰਿਹਾ ਮੈਂ ਇੱਕ ਹਫ਼ਤੇ ਦੋ ਹਫ਼ਤੇ ਅਗਰ ਮੈਨੂੰ ਪਸੰਦ ਆਇਆ ਤਾਂ ਉਹਦੇ ਬਾਅਦ ਮੈਂ ਮੁੜ ਕੇ ਆ ਕੇ ਫਿਰ ਇੱਥੇ ਆਪਣੀ MCA ਕਰਕੇ ਨੌਕਰੀ ਕਰਕੇ ਇੱਕ ਸਾਲ ਦੋ ਸਾਲ ਬਾਅਦ ਫਿਰ ਆਪਣੇ ਪੁਆਇੰਟ ਬੇਸ 'ਤੇ ਮੈਂ ਅਪਲਾਈ ਕਰਾਂਗਾ ਬਟ ਰਾਈਟ ਨਾਓ ਆਈ ਹੈਵ ਨੋ ਇੰਟਰਸਟ ਇਨ ਲੀਵਿੰਗ ਮਾਈ ਸਟੱਡੀਜ਼ ਇੰਨਾ ਕਹਿ ਦਿਓ ਕਿ ਵੀਜ਼ਾ ਮਿਲ ਜਾਏਗਾ ਓਕੇ ਸਰ ਥੈਂਕ ਯੂ ਹੋਰ ਕੋਈ ਸਵਾਲ ਨਹੀਂ ਸਰ ਥੈਂਕ ਯੂ ਵੈਰੀ ਮਚ ਟੇਕ ਕੇਅਰ ਬ੍ਰਦਰ ਗੁੱਡ ਲੱਕ ਥੈਂਕ ਯੂ